ਪਟਿਆਲਾ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਲਗਾਤਾਰ ਜਾਰੀ ਹੈ ਗੱਲ ਕਰੀਏ ਪਟਿਆਲਾ ਪੁਲਿਸ ਦੇ ਇਸੇ ਘਟਨਾਕ੍ਰਮ ਦੀ ਤਾਂ ਪਹਿਲਾਂ ਇੱਕ ਜਿਹੜਾ ਗੈਂਗਸਟਰ ਸੀ ਉਹਨੂੰ ਜ਼ਖਮੀ ਕਰਕੇ ਫੜਿਆ ਗਿਆ ਜਦੋਂ ਉਸਨੇ ਪੁਲਿਸ ਪਾਰਟੀ ਦੇ ਉੱਪਰ ਹਮਲਾ ਕੀਤਾ ਸੀ ਤੇ ਅੱਜ ਇੱਕ ਹੋਰ ਗੈਂਗਸਟਰ ਨੂੰ ਫੜਿਆ ਗਿਆ ਮੇਰੇ ਨਾਲ ਖੁਦ ਐਸਐਸਪੀ ਵਰੁਣ ਸ਼ਰਮਾ ਤੇ ਉਹਦੀ ਪੂਰੀ ਟੀਮ ਮੌਜੂਦ ਹੈ ਗੱਲ ਕਰ ਲਈਦਾ ਸਾਰੇ ਗੈਂਗਸਟਰ ਕੌਣ ਸੀ ਕਿਹੜੇ ਗੈਂਗ ਨਾਲੇ ਤਾਲੁਕ ਰੱਖਦਾ ਸੀ ਤੇ ਉਹਨੂੰ ਫੜਿਆ ਕਿੱਥੇ ਗਿਆ ਅਮਨੋਜ ਜੀ ਇਹ ਨਰਿੰਦਰ ਸ਼ਰਮਾ ਨਾਮ ਦਾ ਗੈਂਗਸਟਰ ਆ ਜਿਹੜਾ ਰਾਜਪੁਰੇ ਏਰੀਆ ਦਾ ਰਹਿਣ ਵਾਲਾ ਆ ਜੀ ਇਹਦਾ ਦੀਪਕ ਮਨੂੜ ਗੈਂਗ ਜਿਹੜਾ ਕਿ ਲੋਰੈਂਸ ਬਿਸ਼ਨੋਈ ਨਾਲ ਸੰਬੰਧਿਤ ਉਸ ਗੈਂਗ ਨਾਲ ਇਹਦਾ ਸੰਬੰਧ ਸੀਗਾ ਤੇ ਪੰਜ ਤੋਂ ਜ਼ਿਆਦਾ ਅਪਰਾਧਿਕ ਮੁਕਦਮੇ ਇਹਦੇ ਤੇ ਦਰਜ ਨੇ ਜਿਨ੍ਹਾਂ ਚ ਲੁੱਟਾਂ ਖੋਹਾਂ ਕਾਰ ਨੂੰ ਲੁੱਟਣਾ ਕਾਰ ਖੋਣੀ ਅਸਲਾ ਐਕਟ ਵਗੈਰਾ ਦੇ ਦਰਜ ਨੇ ਮੁਕਦਮੇ ਇਹਦੇ ਤੇ ਇਹਦੇ ਤੋਂ ਦੋ ਵਧੀਆ ਕੁਆਲਿਟੀ ਦੇ ਸਾਨੂੰ ਕ੍ਰਿਸਟਲਸ ਵੀ ਬਰਾਮਦ ਹੋਏ ਤੇ ਇਹ ਜਿਹੜੀ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ ਤੇ ਮਨਜੋਗ ਡੀਜੀਪੀ ਪੰਜਾਬ ਦਾ ਜਿਹੜਾ ਗੈਂਗਸਟਰ ਮੁਕਤ ਪੰਜਾਬ ਦਾ ਟੀਚਾ ਆ ਉਸ ਮਹਮ ਜਿਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਸਰ ਪਟਿਆਲੇ ਚ ਕੋਈ ਵੱਡੀ ਵਾਰਦਾਤ ਨਹੀਂ ਨੇ ਅੰਜਾਮ ਦਿੱਤਾ ਸੀ ਜਿਸ ਤਰ੍ਹਾਂ ਕਿ ਰਾਜਪੁਰੇ ਤੁਸੀਂ ਘਟਨਾ ਦਾ ਜ਼ਿਕਰ ਕਰ ਰਹੇ ਸੀ ਦੇਖੋ ਜਿਹੜਾ ਰਾਜਪੁਰੇ ਚ ਇੱਕ ਡਾਕਟਰ ਗੋਸਵਾਮੀ ਦਾ ਕਤਲ ਕੁਝ ਸਮੇਂ ਪਹਿਲਾਂ ਹੋਇਆ ਸੀ ਉਹਦੇ ਚ ਪਹਿਲਾਂ ਵੀ ਅਸੀਂ ਮੁਲਜ਼ਮ ਅਰੈਸਟ ਕੀਤੇ ਸੀ ਉਹਨਾਂ ਮੁਲਜ਼ਮਾਂ ਨੇ ਵੀ ਇਸ ਦਾ ਨਾਮ ਲਿਆ ਸੀ ਕਿ ਉਸ ਵਾਰਦਾਤ 'ਚ ਇਹਦਾ ਵੀ ਕਿਤੇ ਨਾ ਕਿਤੇ ਕੋਈ ਰੋਲ ਸੀਗਾ ਤੇ ਇਹੋ ਜਿਹੇ ਕੁખ્યાਤ ਅਪਰਾਧੀ ਜਿਹੜਾ ਇਹਨੇ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਇਹਨੂੰ ਉਸ ਚੀਜ਼ ਤੋਂ ਰੋਕਿਆ ਸਰ ਹੋ ਸਕਦਾ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਲਈ ਪਟਿਆਲਾ ਆ ਹੋਵੇ ਤੇ ਤਾਂ ਰਸਤੇ ਦੇ ਵਿੱਚ ਇਹ ਹੋ ਗਿਆ ਕੋਈ ਫਰੋਤੀ ਆ ਕਿਸੇ ਵੱਡੀ ਵਾਰ ਕਤਲ ਵਗੈਰਾ ਨੂੰ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਜਿਹੜੇ ਸਾਡੇ ਐਸਪੀ ਇਨਵੈਸਟੀਗੇਸ਼ਨ ਨੇ ਹਰਬੀਰ ੜਟਵਾਲ ਜੀ ਡੀਐਸਪੀ ਇਨਵੈਸਟੀਗੇਸ਼ਨ ਸੁਖਮਰਤ ਰੰਧਾਵਾ ਐਨਸੀਆਰਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਇਹਨਾਂ ਦੀ ਜਿਹੜੀ ਟੀਮਾਂ ਨੇ ਉਹ ਲਗਾਤਾਰ ਇਹੋ ਜਿਹੇ ਗੈਂਗਸਟਰ ਜਿਹੜੇ ਹੈਗੇ ਆ ਉਹਨਾਂ ਦੀ ਮੂਵਮੈਂਟ ਤੇ ਲਗਾਤਾਰ ਨਿਗਰ ਰੱਖਦੇ ਆ ਜੀ ਤੇ ਇਸੇ ਤਰੀਕੇ ਦੀ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਜਿਹੜੇ ਕਿਸੇ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਹਨੂੰ ਟਾਲ ਲਿਆ ਜਾ ਸਕਦਾ ਸਰ ਮੈਸੇਜ ਕੀ ਹੈ ਪਟਿਆਲਾ ਪੁਲਿਸ ਦਾ ਜਿਸ ਤਰ੍ਹਾਂ ਲਗਾਤਾਰ ਗੈਂਗਸਟਰ ਫੜੇ ਜਾ ਰਹੇ ਨੇ ਤਸਕਰ ਫੜੇ ਜਾ ਰਹੇ ਨੇ ਹੁਣ ਮੈਸੇਜ ਕੀ ਦਵਾਂਗੇ ਦੇਖੋ ਮੈਂ ਸਾਰੇ ਕ੍ਰਾਈਮਨਲਸ ਨੂੰ ਪਟਿਆਲਾ ਪੁਲਿਸ ਵੱਲੋਂ ਇਹ ਸਖ ਸਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਹਮੇਸ਼ਾ ਬੜੀ ਸਰਗਰਮੀ ਨਾਲ ਸਮਾਜ ਵਿਰੋਧੀ ਅਨਸਰ ਜਿਹੜੇ ਆ ਉਹਨਾਂ ਦੇ ਖਿਲਾਫ ਕਾਰਵਾਈ ਬੜੀ ਮੁਸਤੈਦੀ ਨਾਲ ਕਰਦੀ ਆ ਤੇ ਅੱਗੇ ਵੀ ਅਸੀਂ ਇਸੇ ਮੁਸਤੈਦੀ ਨਾਲ ਲੱਗੇ ਵੀ ਕਾਰਵਾਈ ਕਰਦੇ ਰਵਾਂਗੇ ਸੋ ਐਸਐਸਪੀ ਪਟਿਆਲਾ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਨੂੰ ਫੜਿਆ ਗਿਆ ਜਿਸ ਨੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਹੁਣ ਵੀ ਪਟਿਆਲਾ ਪੁਲਿਸ ਦਾ ਇੱਕੋ ਮੈਸੇਜ ਹੈ ਕਿ ਜੇਕਰ ਕੋਈ ਵਿਅਕਤੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਏਗਾ ਪਟਿਆਲਾ ਪੁਲਿਸ ਲਾਈਨ ਤੋਂ ਮਨੋਜ ਸ਼ਰਮਾ న్యూਸ 18 ਪੰਜਾਬ ਪਟਿਆਲਾ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਲਗਾਤਾਰ ਜਾਰੀ ਹੈ ਗੱਲ ਕਰੀਏ ਪਟਿਆਲਾ ਪੁਲਿਸ ਦੇ ਇਸੇ ਘਟਨਾਕ੍ਰਮ ਦੀ ਤਾਂ ਪਹਿਲਾਂ ਇੱਕ ਜਿਹੜਾ ਗੈਂਗਸਟਰ ਸੀ ਉਹਨੂੰ ਜ਼ਖਮੀ ਕਰਕੇ ਫੜਿਆ ਗਿਆ ਜਦੋਂ ਉਸਨੇ ਪੁਲਿਸ ਪਾਰਟੀ ਦੇ ਉੱਪਰ ਹਮਲਾ ਕੀਤਾ ਸੀ ਤੇ ਅੱਜ ਇੱਕ ਹੋਰ ਗੈਂਗਸਟਰ ਨੂੰ ਫੜਿਆ ਗਿਆ ਮੇਰੇ ਨਾਲ ਖੁਦ ਐਸਐਸਪੀ ਵਰੁਣ ਸ਼ਰਮਾ ਤੇ ਉਹਦੀ ਪੂਰੀ ਟੀਮ ਮੌਜੂਦ ਹੈ ਗੱਲ ਕਰ ਲਈਦਾ ਸਾਰੇ ਗੈਂਗਸਟਰ ਕੌਣ ਸੀ ਕਿਹੜੇ ਗੈਂਗ ਨਾਲੇ ਤਾਲੁਕ ਰੱਖਦਾ ਸੀ ਤੇ ਉਹਨੂੰ ਫੜਿਆ ਕਿੱਥੇ ਗਿਆ ਮਨੋਜ ਜੀ ਇਹ ਨਰਿੰਦਰ ਸ਼ਰਮਾ ਨਾਮ ਦਾ ਗੈਂਗਸਟਰ ਆ ਜਿਹੜਾ ਰਾਜਪੁਰੇ ਏਰੀਆ ਦਾ ਰਹਿਣ ਵਾਲਾ ਆ ਜੀ ਇਹਦਾ ਦੀਪਕ ਮਨੂੜ ਗੈਂਗ ਜਿਹੜਾ ਕਿ ਲੋਰੈਂਸ ਬਿਸ਼ਨੋਈ ਨਾਲ ਸੰਬੰਧਿਤ ਆ ਉਸ ਗੈਂਗ ਨਾਲੇ ਦਾ ਸੰਬੰਧ ਸੀਗਾ ਤੇ ਪੰਜ ਤੋਂ ਜ਼ਿਆਦਾ ਅਪਰਾਧਿਕ ਮੁਕਦਮੇ ਇਹਦੇ ਤੇ ਦਰ ਜਿਨ੍ਹਾਂ 'ਚ ਲੁੱਟਾਂਖੋਆ ਕਾਰ ਨੂੰ ਲੁੱਟਣਾ ਕਾਰ ਖੋਣੀ ਅਸਲਾ ਐਕਟ ਵਗੈਰਾ ਦੇ ਦਰਜਨੇ ਮੁਕਦਮੇ ਇਹਦੇ ਤੇ ਇਹਦੇ ਤੋਂ ਦੋ ਵਧੀਆ ਕੁਆਲਿਟੀ ਦੇ ਸਾਨੂੰ ਕ੍ਰਿਸਟਲਸ ਵੀ ਬਰਾਮਦ ਹੋਏ ਤੇ ਇਹ ਜਿਹੜੀ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ ਤੇ ਮਨਜੋਗ ਡੀਜੀਪੀ ਪੰਜਾਬ ਦਾ ਜਿਹੜਾ ਗੈਂਗਸਟਰ ਮੁਕਤ ਪੰਜਾਬ ਦਾ ਟੀਚਾ ਆ ਉਸ ਮਹਮ ਜਿਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਸਰ ਪਟਿਆਲੇ ਚ ਕੋਈ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀ ਜਿਸ ਤਰ੍ਹਾਂ ਕਿ ਰਾਜਪੁਰੇ ਤੁਸੀਂ ਘਟਨਾ ਦਾ ਜ਼ਿਕਰ ਕਰ ਰਹੇ ਸੀ ਦੇਖੋ ਜਿਹੜਾ ਰਾਜਪੁਰੇ ਚ ਇੱਕ ਡਾਕਟਰ ਗੋਸਵਾਮੀ ਦਾ ਕਤਲ ਕੁਝ ਸਮੇਂ ਪਹਿਲਾਂ ਹੋਇਆ ਸੀ ਉਹਦੇ ਚ ਪਹਿਲਾਂ ਵੀ ਅਸੀਂ ਮੁਲਜ਼ਮ ਅਰੈਸਟ ਕੀਤੇ ਸੀ ਉਹਨਾਂ ਮੁਲਜ਼ਮਾਂ ਨੇ ਵੀ ਇਸ ਦਾ ਨਾਮ ਲਿਆ ਸੀ ਕਿ ਉਸ ਵਾਰਦਾਤ 'ਚ ਇਹਦਾ ਵੀ ਕਿਤੇ ਨਾ ਕਿਤੇ ਕੋਈ ਰੋਲ ਸੀਗਾ ਤੇ ਇਹੋ ਜਿਹੇ ਆ ਕੋਖਿਆਤ ਅਪਰਾਧੀ ਜਿਹੜਾ ਇਹਨੇ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੋ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਇਹਨੂੰ ਉਸ ਚੀਜ਼ ਤੋਂ ਰੋਕਿਆ ਸਰ ਹੋ ਸਕਦਾ ਹੈ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਲਈ ਪਟਿਆਲਾ ਆ ਹੋਵੇ ਤੇ ਤਾਂ ਰਸਤੇ ਦੇ ਵਿੱਚ ਇਹ ਹੋ ਗਿਆ ਕੋਈ ਫਰੋਤੀ ਆ ਕਿਸੇ ਵੱਡੀ ਵਾਰ ਕਤਲ ਵਗੈਰਾ ਨੂੰ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਜਿਹੜੇ ਸਾਡੇ ਐਸਪੀ ਇਨਵੈਸਟੀਗੇਸ਼ਨ ਨੇ ਹਰਬੀਰ ੜਟਵਾਲ ਜੀ ਡੀਐਸਪੀ ਇਨਵੈਸਟੀਗੇਸ਼ਨ ਸੁਖਮਰਤ ਰੰਧਾਵਾ ਐਨਆਰਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਇਹਨਾਂ ਦੀ ਜਿਹੜੀ ਟੀਮਾਂ ਨੇ ਉਹ ਲਗਾਤਾਰ ਇਹੋ ਜਿਹੇ ਗੈਂਗਸਟਰ ਜਿਹੜੇ ਹੈਗੇ ਆ ਉਹਨਾਂ ਦੀ ਮੂਵਮੈਂਟ ਤੇ ਲਗਾਤਾਰ ਨਿਗਰ ਰੱਖਦੇ ਆ ਜੀ ਤੇ ਇਸੇ ਤਰੀਕੇ ਦੀ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਜਿਹੜੇ ਕਿਸੇ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਹਨੂੰ ਟਾਲ ਲਿਆ ਜਾ ਸਕਦਾ ਸਰ ਮੈਸੇਜ ਕੀ ਹੈ ਪਟਿਆਲਾ ਪੁਲਿਸ ਦਾ ਜਿਸ ਤਰ੍ਹਾਂ ਲਗਾਤਾਰ ਗੈਂਗਸਟਰ ਫੜੇ ਜਾ ਰਹੇ ਨੇ ਤਸਕਰ ਫੜੇ ਜਾ ਰਹੇ ਨੇ ਹੁਣ ਮੈਸੇਜ ਕੀ ਦਵਾਂਗੇ ਦੇਖੋ ਮੈਂ ਸਾਰੇ ਕ੍ਰਾਈਮਨਲਸ ਨੂੰ ਪਟਿਆਲਾ ਪੁਲਿਸ ਵੱਲੋਂ ਇਹ ਸਖ ਸਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਹਮੇਸ਼ਾ ਬੜੀ ਸਰਗਰਮੀ ਨਾਲ ਸਮਾਜ ਵਿਰੋਧੀ ਅਨਸਰ ਜਿਹੜੇ ਆ ਉਹਨਾਂ ਦੇ ਖਿਲਾਫ ਕਾਰਵਾਈ ਬੜੀ ਮੁਸਤੈਦੀ ਨਾਲ ਕਰਦੀ ਆ ਤੇ ਅੱਗੇ ਵੀ ਅਸੀਂ ਇਸੇ ਮੁਸਤੈਦੀ ਨਾਲ ਲੱਗੇ ਵੀ ਕਾਰਵਾਈ ਕਰਦੇ ਰਵਾਂਗੇ ਸੋ ਐਸਐਸਪੀ ਪਟਿਆਲਾ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਨੂੰ ਫੜਿਆ ਗਿਆ ਜਿਸ ਨੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਹੁਣ ਵੀ ਪਟਿਆਲਾ ਪੁਲਿਸ ਦਾ ਇੱਕੋ ਮੈਸੇਜ ਹੈ ਕਿ ਜੇਕਰ ਕੋਈ ਵਿਅਕਤੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਏਗਾ ਪਟਿਆਲਾ ਪੁਲਿਸ ਲਾਈਨ ਤੋਂ ਮਨੋਜ ਸ਼ਰਮਾ న్యూਸ 18 ਪੰਜਾਬ